ਵੈਲਕਮ ਟੂ ਮਾਈ ਪੰਜਾਬੀ ਕਿਚਨ ਗਾਰਡਨ ਚੈਨਲ ਜੀ। ਆਪ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਫਿਰ ਇੱਕ ਵਾਰੀ ਮੈਂ ਆਪ ਜੀ ਦੇ ਨਾਲ ਆਪਣਾ ਐਕਸਪੀਰੀਅੰਸ ਜੋ ਕਰੇਲੇ ਲਗਾਉਣ ਦਾ, ਘਰ ਵਿੱਚੋਂ ਬੀਜ ਲੈ ਕੇ ਕਰੇਲੇ ਲਗਾਉਣ ਦਾ ਜੋ ਐਕਸਪੀਰੀਅੰਸ ਹੈ ਉਹ ਸ਼ੇਅਰ ਕਰ ਰਹੀ ਹਾਂ। ਇਹ ਦੇਖੋ ਜੀ, ਘਰ ਵਿੱਚ ਜੋ ਕਰੇਲੇ ਕਿਸੇ ਵੇਲੇ ਸਾਡੇ ਪੱਕੇ ਆ ਜਾਂਦੇ ਆ, ਜਾਂ ਫਿਰ ਜੋ ਪਹਿਲਾਂ ਅਸੀਂ ਕਰੇਲਿਆਂ ਦੀ ਵੇਲ ਲਾਈ ਹੁੰਦੀ ਆ, ਉਹਦੇ ਵਿੱਚ ਇੱਕ ਕਰੇਲਾ ਜੋ ਉਹ ਪੱਕਾ ਹੀ ਨਿਕਲ ਆਉਂਦਾ। ਇਹਨਾਂ ਨੂੰ ਅਸੀਂ ਇੰਗਲਿਸ਼ ਵਿੱਚ ਕਰੇਲੇ ਨੂੰ ਬਿੱਟਰਗਾਰਡ ਵੀ ਕਹਿੰਦੇ ਆ। ਤੋ ਇਹਦੀਆਂ ਸਪੀਸੀਜ਼ ਜੀ 4-5 ਤਰ੍ਹਾਂ ਦੇ ਕਰੇਲੇ ਹੁੰਦੇ ਆ। ਕੁਛ ਇਹਨਾਂ ਦੀ ਜਿਹੜੀ ਛਿੱਲ ਹੁੰਦੀ ਆ ਉਹ ਬਹੁਤ ਹਾਰਡ ਹੁੰਦੀ, ਮੋਟੀ ਹੁੰਦੀ ਆ, ਔਰ ਕੁਛ ਜਿਹੜੀ ਹੁੰਦੀ ਉਹਨਾਂ ਦੀ ਛਿੱਲ ਜਿਹੜੀ ਹੁੰਦੀ ਉਹ ਜ਼ਿਆਦਾ ਕੰਡੇਦਾਰ ਹੁੰਦੀ ਆ ਔਰ ਪਤਲੀ ਹੁੰਦੀ ਆ। ਖਾਣ ਵਿੱਚ ਸਾਰੇ ਹੀ ਕੌੜੇ ਹੁੰਦੇ ਆ ਜੀ, ਔਰ ਬੈਟਰ ਇਹਨੂੰ ਤਾਂ ਕਰਕੇ ਕਹਿੰਦੇ ਕਿਉਂਕਿ ਬੈਟਰ ਜਿਹੜਾ ਹੁੰਦਾ, ਬੈਟਰ ਇੰਗਲਿਸ਼ ਕੌੜੇ ਨੂੰ ਹੀ ਕਹਿੰਦੇ ਨੇ, ਇਸ ਲਈ ਇਹਦਾ ਨਾਂ ਬਿੱਟਰਗਾਰਡ ਪਿਆ ਗਿਆ। ਸੋ ਅੱਜ ਮੈਂ ਸ਼ੇਅਰ ਕਰ ਰਹੀ ਹਾਂ ਆਪ ਜੀ ਨਾਲ। ਦੇਖੋ ਮੈਂ ਲੈ ਕੇ ਆਈ ਹਾਂ ਕਰੇਲੇ, ਜੋ ਕਿ ਪੱਕ ਚੁੱਕੇ ਸੀ, ਪੱਕਾ ਹੀ ਨਿਕਲਿਆ ਕਰੇਲਾ ਵਿੱਚ, ਪਹਿਲੇ ਵੀ ਲਗਾਏ ਨੇ ਮੈਂ ਇਸ ਤਰ੍ਹਾਂ, ਔਰ ਉਹ ਮੇਰੇ ਸਕਸੈਸ ਹੋ ਗਈਆਂ ਵੇਲਾਂ, ਉਹ ਜੋ ਮੇਰੀਆਂ ਵੇਲਾਂ ਲੱਗੀਆਂ ਹੋਈਆਂ ਉਹ ਇਸ ਤਰ੍ਹਾਂ ਆ। ਇਹ ਦੇਖੋ ਅਜੇ ਇਹਨਾਂ 'ਤੇ ਫਲ ਨਹੀਂ ਪਿਆ, ਬਟ ਇਹ ਕਾਫੀ ਦੂਰ ਤੱਕ ਜਾ ਚੁੱਕੀਆਂ। ਇਹਨਾਂ ਦੀ 3D ਕਟਿੰਗ ਕਰਨੀ ਵੀ ਮੈਂ ਤੁਹਾਨੂੰ ਹੁਣੇ ਸਿਖਾਵਾਂਗੀ। ਇਹ ਦੇਖੋ ਬਹੁਤ ਈਜ਼ੀਲੀ, ਇਹ ਦੇਖੋ ਬੀਜ ਲੈ ਲੈਣੇ, ਇਹ ਬੀਜ ਲੈ ਲਏ, ਔਰ ਥੋੜ੍ਹੀ ਜਿਹੀ ਮਿੱਟੀ ਹੌਲੀ ਕਰ ਲੈਣੀ ਆ, ਕੋਈ ਵੀ ਜ਼ਿਆਦਾ ਐਫਰਟ ਲਾਉਣ ਦੀ ਲੋੜ ਨਹੀਂ ਆ, ਬਿਲਕੁਲ ਇਸ ਸਿੰਪਲ ਬੱਚਾ ਵੀ ਬੀਜ ਸਕਦਾ ਇਹਨੂੰ, ਜ਼ਿਆਦਾ ਡੂੰਘਾਈ 'ਚ ਨਹੀਂ, 2 ਇੰਚੀ ਡੂੰਘਾਈ ਅਸੀਂ ਲੈ ਲੈਣੀ 2 ਇੰਚ। ਜਿਸ ਤਰ੍ਹਾਂ ਮੇਰਾ ਦੇਖੋ ਹੈ, ਤੋਰੀਆਂ ਦਾ ਵੀ ਬੂਟਾ ਲੱਗਾ ਹੋਇਆ ਜੀ, ਇਹ ਦੇਖੋ ਔਰ ਮੇਰੇ ਟਮਾਟਰ ਜੋ ਮੇਰੇ ਘਰ ਦੇ ਬੀਜਾਂ ਤੋਂ ਹੀ ਹੋਏ ਹੈ, ਸੁੱਕ ਗਿਆ ਸੀਗਾ ਪਰ ਫਿਰ ਵੀ ਇਹਦੇ ਨਾਲ ਟਮਾਟਰ ਲੱਗੇ ਹੋਏ ਜਿਹੜੇ, ਉਹ ਮੈਂ ਅੱਜ ਨਿਕਾਲ ਲਵਾਂਗੀ, ਔਰ ਹੋਰ ਵੀ ਬਾਕੀ ਮੈਂ ਟਮਾਟਰ ਜੋ ਬੀਜ ਘਰ ਹੀ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਜਾ ਸਿਖਾਈਏ ਲਗਾਉਣ ਦੀ, ਉਹਨਾਂ ਦਾ ਮੈਂ ਵਿਊ ਦਿਖਾਵਾਂਗੀ ਤੁਹਾਨੂੰ ਕਿ ਟਮਾਟਰਾਂ ਦੇ ਬੀਜ ਜਿਹੜੇ ਅਸੀਂ ਜਿਹੜੇ ਮੈਂ ਦੱਸਿਆ ਸੀ ਕਿਸ ਤਰ੍ਹਾਂ ਲਗਾ ਸਕਦੇ ਅਸੀਂ ਘਰ। ਇਹ ਮੈਂ 2 ਬੀਜ ਇਹ ਦੇਖੋ ਮੈਂ ਸੁੱਟ ਦਿੱਤੇ ਵਿੱਚ, ਔਰ ਇਹ ਹੁਣ ਮੈਂ ਢੱਕ ਦੇਣਾ, ਬਸ ਬਿਲਕੁਲ ਹੀ ਪੋਲਾ ਪੋਲਾ ਸੀ, ਇਹ ਦੇਖੋ ਜੀ ਦਬਾ ਤਾ, ਜ਼ਿਆਦਾ ਨਹੀਂ, ਜ਼ਿਆਦਾ ਹਾਰਡ ਨਹੀਂ, ਬਿਲਕੁਲ ਹੀ ਲਾਈਟ, ਬਹੁਤ ਹੀ ਸੀ ਸੋਫਟ ਹੱਥ ਆ ਇਹਨਾਂ ਨੂੰ ਉਗਾਉਣਾ, ਔਰ ਬਹੁਤ ਪੋਲੇ ਪੋਲੇ ਜੇ ਅਸੀਂ ਇਹਨਾਂ ਨੂੰ ਦਬਾ ਦੇਣਾ। ਹਨੇਰਾ ਹੋ ਰਿਹਾ ਇਸ ਲਈ ਮੈਂ ਫਟਾਫਟ ਲਗਾ ਰਹੀ ਹਾਂ, ਕਿਉਂਕਿ ਮੈਂ 3D ਕਟਿੰਗ ਵੀ ਸਿਖਾਉਣੀ ਤੁਹਾਨੂੰ ਅੱਜ ਦੀ ਵੀਡੀਓ 'ਚ, ਕਰੇਲਿਆਂ ਦੀ 3D ਕਟਿੰਗ। ਅਤੇ ਮੇਰੇ ਕੋਲ ਇੱਕ ਕਰੇਲੇ ਵਿੱਚੋਂ ਕਮ ਸੇ ਕਮ ਰੈੱਡ ਕਰੇਲੇ ਵਿੱਚੋਂ ਮੇਰੇ ਕੋਲ 6-7 ਬੀਜ ਜੋ ਆ, 7 ਬੀਜ ਦੇਖੋ ਇਹਨਾਂ ਨੂੰ ਬੜੀ ਈਜ਼ੀਲੀ ਅਸੀਂ, ਇੱਕ ਇਹ ਵੀ ਤਰੀਕਾ ਹੈਗਾ ਜੀ, ਇਹ ਦੇਖੋ ਮੇਰੇ ਹੱਥ 'ਚ ਬੀਜ ਹੈ, ਇਹਨਾਂ ਨੂੰ ਦਬਾ ਤਾ, ਆਹ ਦੇਖੋ ਜੀ ਮੈਂ ਅੰਗੂਠੇ ਦੇ ਨਾਲ ਹੀ ਇਹਨੂੰ ਦਬਾਤਾ, ਨਾਲ ਦੇ ਨਾਲ ਹੀ ਮੈਂ ਤੁਹਾਨੂੰ 3D ਕਟਿੰਗ ਵੀ ਸਿਖਾ ਦਿੰਦੀ ਹਾਂ। ਇਹ ਜੀ ਮੈਂ ਤੁਹਾਨੂੰ ਪ੍ਰੋਸੈਸ ਦੱਸ ਦਿੱਤਾ, ਇਸ ਤਰ੍ਹਾਂ ਹੀ ਆਰਾਮ ਦੇ ਨਾਲ ਤੁਸੀਂ ਘਰ ਹੀ ਕਰੇਲੇ ਦਾ ਬੀਜ ਲੈ ਕੇ, ਤੋ ਕਰੇਲੇ ਬੜੇ ਆਰਾਮ ਦੇ ਨਾਲ ਘਰ ਹੀ ਲਗਾ ਸਕਦੇ ਹੋ, ਔਰ ਸਾਰਾ ਸੀਜ਼ਨ ਕਰੇਲੇ ਆਪਣੇ ਘਰ ਦੇ ਖਾਓ, ਕੱਟ ਕੱਟ ਕੇ ਲਾ ਲਾ ਕੇ ਜੀ। ਇਹ ਦੇਖੋ ਜੀ ਇਹ 3D ਕਟਿੰਗ ਇਸ ਤਰ੍ਹਾਂ ਇੱਥੋਂ ਸਟਾਰਟ ਹੋਈ ਹੈ ਜੀ ਮੇਰੀ ਵੇਲ, ਨੀਚੋਂ ਬਹੁਤ ਛੋਟੀ ਸਟੰਪ, ਇਹ ਦੇਖੋ ਬਹੁਤ ਬਰੀਕ ਹੈ ਜੀ, ਇਹ ਦੇਖੋ ਜੀ ਦਿਸ ਵਨ, ਔਰ ਇਹ ਉੱਪਰ ਆ ਰਹੀ ਹੈ ਹੁਣ। ਦੇਖੋ ਜੀ ਇੱਥੇ ਮੈਂ ਇਹਨਾਂ ਇਹਦੀ ਮੈਂ ਪਹਿਲੇ ਵੀ 3D ਕਟਿੰਗ ਕੀਤੀ ਸੀ, ਹੁਣ ਅੱਗੋਂ 3D ਕਟਿੰਗ ਹੋਰ ਕਰਾਂਗੀ ਮੈਂ, ਤੁਹਾਨੂੰ ਮੈਨੂੰ ਲੱਗ ਰਿਹਾ ਨਾ। ਦੇਖੋ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਮੇਰੀ ਵੇਲ ਜਾ ਰਹੀ ਉੱਪਰ, ਹੁਣ ਮੈਂ ਇਹਦੀ ਇੱਥੋਂ ਇੱਕ ਕਟਿੰਗ ਇਹਦੀ ਇੱਥੋਂ ਦਿੱਤੀ ਆ, ਇਹਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਆਰਾਮ ਦੇ ਨਾਲ ਹੀ ਜੇ ਤੁਸੀਂ ਕਰੇਲੇ ਵੱਧ ਲੈਣੇ ਆ ਤਾਂ ਇਹਨਾਂ ਨੂੰ ਅਸੀਂ 3 ਜਗ੍ਹਾ ਤੋਂ ਕਟਿੰਗ ਕਰ ਦਿੱਤੀ, ਹੁਣ ਅਸੀਂ 3 ਜਗ੍ਹਾ ਤੋਂ ਇਹਦੀ ਕਟਿੰਗ ਕਰ ਦੇਣੀ ਆ, ਮਤਲਬ ਇਹ 3rd ਹੋ ਗਈ ਜੀ,
ਇਹ ਦੇਖੋ ਜੀ, ਇਹ ਥਰਡ ਮੈਂ ਇਹਦੀ ਕਟਿੰਗ ਕਰਤੀ, ਇੱਕ ਵਨ ਐਂਡ ਟੂ ਐਂਡ ਦਿਸ ਵਨ ਇਜ ਥ੍ਰੀ। ਔਰ ਹੁਣ ਹੈ ਕਿ ਇਹਦੇ ਵਿੱਚੋਂ ਤਿੰਨ ਤਿੰਨ ਵੇਵਸ ਹੋਰ ਜਿਹੜੀਆਂ ਇਹਦੀਆਂ ਵੇਨਸ ਜੋ ਨਿਕਲ ਆਉਣਗੀਆਂ ਹੋਰ, ਇਹਦੇ ਹਿਸਾਬ ਨਾਲ ਸਾਡੀ ਇੱਕ ਇੱਕ ਵੇਲ ਤੋਂ ਤਿੰਨ ਤਿੰਨ ਹੋਰ ਨਿਕਲ ਆਉਣੀਆਂ, ਜਾਣੀ ਕਿ ਇੱਕ ਤੋਂ ਤਿੰਨ ਔਰ ਤਿੰਨਾਂ ਤੋਂ ਨੌ ਬਣ ਜਾਣੀਆਂ। ਇਸ ਤਰ੍ਹਾਂ ਕਰੇਲਿਆਂ ਦੀ ਵੇਲ ਵੀ ਜ਼ਿਆਦਾ ਹੋ ਜਾਏਗੀ ਔਰ ਕਰੇਲੇ ਵੀ ਸਾਨੂੰ ਜ਼ਿਆਦਾ ਮਿਲਣਗੇ। ਸੋ ਜੇ ਆਪ ਜੀ ਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ ਤਾਂ ਮੈਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਔਰ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।